ਤਤਿ ਸਿਰਿਕਾ ਦੋਸਤੋ ਸਾਡੀ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਇਸ ਵੀਡੀਓ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੀ ਮਸਜਿਦ ਵਿੱਚ ਜਾ ਕੇ ਨਮਾਜ਼ ਪੜ੍ਹਨ ਦੀ ਸਾਖੀ ਸਾਂਝੀ ਕਰਾਂਗੇ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਾਜੀ ਨੇ ਨਵਾਬ ਅਦੌਲਤ ਖਾਨ ਨੂੰ ਕਿਹਾ ਕਿ ਗੁਰੂ ਨਾਨਕ ਜੀ Hindu ਅਤੇ Musalman ਵਿੱਚ ਕੋਈ ਫਰਕ ਨਹੀਂ ਸਮਝਦੇ ਉਹ ਮਸਜਿਦ ਵਿੱਚ ਨਮਾਜ਼ ਪੜ੍ਹਨ ਲਈ ਆਉਣਗੇ ਨਵਾਬ ਨੇ ਆਪਣੇ ਨੌਕਰਾਂ ਤੋਂ ਇਸ਼ਾ ਪਿਜਵਾ ਦਿੱਤਾ ਗੁਰੂ ਜੀ ਮੰਨ ਗਏ ਅਤੇ ਮਸਜਿਦ ਪਹੁੰਚ ਗਏ ਅਤੇ ਉੱਥੇ ਗੁਰੂ ਜੀ ਨਵਾਬ ਤੇ ਕਾਜੀ ਨਾਲ ਮਸਜਿਦ ਅੰਦਰ ਨਮਾਜ਼ ਪੜ੍ਹਨ ਲਈ ਚਲੇ ਗਏ ਜੀ ਨੇ ਨਮਾਜ਼ ਪੜ੍ਹਨ ਲਈ ਗੁੱਡੀ ਟਿੱਕੀ ਪਰ ਗੁਰੂ ਜੀ ਸਿੱਧੇ ਖੜੇ ਨੇ ਨਮਾਜ਼ ਤੋਂ ਬਾਅਦ ਕਾਜੀ ਨੇ ਨਵਾਬ ਨੂੰ ਸ਼ਿਕਾਇਤ ਕੀਤੀ ਕਾਜੀ ਬੋਲਿਆ ਗੁਰੂ ਜੀ ਨਮਾਜ਼ ਵੇਲੇ ਮੁਸਕਰਾਉਂਦੇ ਰਹੇ ਜਦ ਕਿ ਉਹ ਕਹਿੰਦੇ ਹਨ ਹਿੰਦੂ ਅਤੇ ਮੁਸਲਮਾਨ ਵਿੱਚ ਕੋਈ ਫਰਕ ਨਹੀਂ ਫਿਰ ਉਹਨਾਂ ਨੇ ਗੁੱਡੀ ਕਿਉਂ ਨਹੀਂ ਟਿੱਕੀ ਨਮਾਜ਼ ਤੋਂ ਬਾਅਦ ਨਵਾਬ ਨੇ ਗੁਰੂ ਜੀ ਨੂੰ ਖਰੋਦੇ ਤੂਕੇ ਪੁੱਛਿਆ ਕਿ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ ਤੁਸੀਂ ਬਸ ਖੜੇ ਰਹੇ ਤੇ ਔਰ ਕੁਝ ਨਹੀਂ ਕੀਤਾ ਗੁਰੂ ਜੀ ਨੇ ਜਵਾਬ ਦਿੱਤਾ ਕਿ ਨਮਾਜ਼ ਮੈਂ ਪੜ੍ਹਨਾ ਚਾਹੁੰਦਾ ਸੀ ਲੇਕਿਨ ਮੈਨੂੰ ਮਸਜਿਦ ਦੇ ਵਿੱਚ ਕੋਈ ਵੀ ਨਹੀਂ ਦਿਖਿਆ ਨਵਾਬ ਫਿਰ ਬੋਲਿਆ ਤੁਸੀਂ ਝੂਠ ਬੋਲ ਰਹੇ ਹੋ ਕਿ ਤੁਹਾਨੂੰ ਇੰਨੀ ਵੱਡੀ ਭੀੜ ਵਿੱਚ ਕੁਝ ਵੀ ਦਿਖਾਈ ਨਹੀਂ ਦਿੱਤਾ ਗੁਰੂ ਜੀ ਬੋਲੇ ਤੁਸੀਂ ਸਾਰੇ ਜ਼ਰੂਰ ਮਸਜਿਦ ਦੇ ਵਿੱਚ ਮੌਜੂਦ ਸੀ ਲੇਕਿਨ ਤੁਹਾਡੇ ਸਭ ਦੇ ਮਨ ਕਿਧਰੇ ਹੋਰਸਨ ਮੰਆ ਸਾਇ ਕਿਉਂਕਿ ਕਾਜੀ ਦੀ ਨਮਾਜ਼ ਇਸ ਤਰ੍ਹਾਂ ਰੱਬ ਦੇ ਘਰ ਮਨਜ਼ੂਰ ਨਹੀਂ ਕਿਉਂਕਿ ਤੁਹਾਡੀ ਜ਼ੁਬਾਨ ਕੁਝ ਬੋਲ ਰਹੀ ਸੀ ਲੇਕਿਨ ਤੁਹਾਡੇ ਮਨ ਉਸਨੂੰ ਸਨੋ ਪਾਰੇ ਸਨਬਾਬ ਬੋਲਿਆ ਤੁਸੀਂ ਤੇ ਨਿਵਾਜ ਪੜਨ ਦਾ ਇਕਰਾਰ ਕੀਤਾ ਸੀ ਫਿਰ ਆਪਣਾ ਇਕਰਾਰ ਪੂਰਾ ਕਿਉਂ ਨਹੀਂ ਕੀਤਾ ਗੁਰੂ ਜੀ ਸ਼ਾਂਤੀਪੂਰਵਕ ਬੋਲੇ ਅਸੀਂ ਸੱਚੀ ਨਿਵਾਜ ਪੜ ਰਹੀ ਸੀ ਕਾਜੀ ਕੜਕ ਕੇ ਬੋਲਿਆ ਫਿਰ ਕੀ ਅਸੀਂ ਝੂਠ ਨਿਵਾਜ ਪੜ ਰਹੀ ਸੀ ਗੁਰੂ ਜੀ ਬੋਲੇ ਸੱਚੀ ਨਿਵਾਜ ਉਹ ਹੈ ਜਿਹੜੀ ਰੂਹ ਨੂੰ پاک ਕਰੇ ਪੜੀ ਜਾਵੇ ਨਿਵਾਜ ਪੜਦੇ ਸਮੇਂ ਦਿਲ ਖੁਦਾ ਦੇ ਕਦਮਾਂ ਵੱਲ ਲੱਗਾ ਹੋਣਾ ਚਾਹੀਦਾ ਜਦੋਂ ਤੁਸੀਂ ਨਿਵਾਜ ਪੜ ਲਈ ਹੁੰਤਾ ਤਾਂ ਤੁਹਾ ਦਿੱਤੇ ਆਪਣੇ ਘਰ ਵੱਲ ਗਿਆ ਹੋਇਆ ਸੀ ਤੁਸੀਂ ਸੋਚ ਰਹੇ ਸੀ ਕਿ ਤੁਹਾਡੀ ਘੋੜੀ ਨੇ ਜੋ ਨਵਾਂ ਵਿਸ਼ੇਸ਼ਾ ਦਿੱਤਾ ਉਹ ਕਿਧਰੇ ਵੇਖੂ ਵਿੱਚ ਨਾ ਡਿੱਗ ਪਵੇ ਇਸ ਤਰ੍ਹਾਂ ਤੁਹਾਡਾ ਤੋ ਖਲੇ ਦੇਕਰ ਤੁਹਾਡਾ ਦਿਲ ਖੁਦਾ ਦੇ ਕਦਮਾਂ ਵਿੱਚ ਨਹੀਂ ਲੱਗਾ ਸੁਣ ਕੇ ਕਾਜੀ ਬਹੁਤ ਹੈਰਾਨ ਹੋਇਆ ਮਨ ਵਿੱਚ ਸ਼ਰਮਿੰਦਾ ਹੋਇਆ ਕਿਉਂਕਿ ਸੱਚਮੁੱਚ ਹੀ ਨਮਾਜ਼ ਪੜ੍ਹਦੇ ਸਮੇਂ ਉਹਦਾ ਧਿਆਨ ਆਪਣੇ ਬਸ਼ੀਰੀ ਵੱਲ ਗਿਆ ਹੋਇਆ ਸੀ ਜਦੋਂ ਨਵਾਬ ਨੇ ਛਿੱਕ ਦੀ ਚਿਹਰੇ ਦੇਖਿਆ ਜੇ ਕਾਜੀ ਦਾ ਮਨ ਘਰ ਵੱਲ ਲੱਗਾ ਹੋਇਆ ਸੀ ਤਾਂ ਤੁਸੀਂ ਮੇਰੇ ਨਾਲ ਨਮਾਜ਼ ਪੜ੍ਹ ਸਕਦੇ ਸੀ ਜਿਵੇਂ ਸਕਰਾ ਕੇ ਬੁੱਲੇ ਪਰ ਨਵਾਬ ਜੀ ਤੁਸੀਂ ਤਾਂ ਨਮਾਜ਼ ਪੜ੍ਹਨ ਲੱਗੇ ਕਾਬਲ ਵਿੱਚ ਘੋੜੇ ਖਰੀਦੇ ਦੇ ਸੀ ਅਸੀਂ ਤੁਹਾਡੇ ਨਾਲ ਨਮਾਜ਼ ਕਿਵੇਂ ਠੀਕ ਕਰਦੀ ਨਵਾਬ ਦਿਲ ਵਿੱਚ ਬੜਾ ਸ਼ਰਮਿੰਦਾ ਹੋਇਆ ਗੁਰੂ ਜੀ ਦੀ ਜਾਨੀ ਜਾਨ ਸਮਝ ਕੇ ਉਸ ਦੀ ਉਹਨਾਂ ਵਿੱਚ ਸ਼ਰਧਾ ਹੋਰ ਵੀ ਵਧ ਗਈ ਸਤਿ ਸ੍ਰੀ ਅਕਾਲ ਹੈਗੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ